ਬਿੱਟੂ ਦੇ ਰੋਡ ਸ਼ੋਅ ਵਿੱਚ ਵੱਡਾ ਇਕੱਠ ਹੈ। ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਪਹੁੰਚੇ ਨੇ। ਮੈਡਮ, ਜਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ, ਕੀ ਲੱਗ ਰਿਹਾ? ਰਵਨੀਤ ਸਿੰਘ ਬਿੱਟੂ ਜੀ ਕਾ ਨਾਮਾਂਕਨ ਹੈ ਔਰ ਜਿਸ ਤਰ੍ਹਾਂ ਸੇ ਲੁਧਿਆਣਾ ਸੰਸਦੀ ਚੁਣਾਵ ਖੇਤਰ ਕੇ ਲੋਕ ਲੁਧਿਆਣਾ ਕੀ ਸੜਕੋਂ ਪਰ ਨਿਕਲੇ ਹੈ, ਇਨਕਾ ਉਤਸ਼ਾਹ ਦੇਖਤੇ ਹੀ ਬਣਤਾ ਹੈ। ਸਾਰੇ ਲੀਡਰ ਸਾਹਿਬਾਨ ਵੀ ਸਾਥ ਚਲੇ ਹੋਏ ਹੈ, ਵਰਕਰ ਸਾਥ ਚਲੇ ਹੋਏ ਹੈ ਔਰ ਨਿਸ਼ਚਿਤ ਤੌਰ ਪੇ ਇਹ ਇੱਕ ਜਿਸਕੋ ਕਹਿਤੇ ਹੈ ਕਿ ਜਿਸਕਾ ਸ਼ੁਰੂਆਤ ਅੱਛੀ ਹੋ ਉਸਕਾ ਅੰਜਾਮ ਵੀ ਅੱਛਾ ਹੋਤਾ ਹੈ। ਇਤਿਹਾਸਿਕ ਜੀਤ ਦਰਜ ਕਰਨੇ, ਤੀਸਰੀ ਵਾਰ ਜੀਤ ਦਰਜ ਕਰਨੇ ਰਵਦੀਪ ਸਿੰਘ ਬਿੱਟੂ ਅੱਜ ਆਪਣਾ ਨਾਮਾਂਕਨ ਭਰ। ਪੰਜਾਬ ਦਾ ਕੀ ਲੱਗਦਾ ਤੁਹਾਨੂੰ, 13 ਸੀਟਾਂ ਚੋਂ ਕਿੰਨੀਆਂ ਜਿੱਤੋਗੇ? ਹਮ ਤੋ 13 ਮੇਂ ਸੇ 13 ਜਿੱਤੇਗੇ। 13 ਮੇਂ ਸੇ 13 ਕਾ ਜੋ ਲਕਸ਼ ਹੈ ਕੈਪਟਨ ਅਮਰਿੰਦਰ ਸਿੰਘ ਜੀ ਨੇ ਰੱਖਾ ਹੈ। ਅੱਜ ਜਬ ਹਮ ਯਹਾਂ ਲੁਧਿਆਣਾ ਮੇਂ ਪਰਚਾ ਭਰ ਰਹੇ ਹੈ, ਇਸੀ ਸਮੇਂ ਕੈਪਟਨ ਅਮਰਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਔਰ ਅੱਜ ਉਨਕਾ ਬਠਿੰਡਾ ਮੇਂ ਅੱਜ ਉਨਕਾ ਪਰਚਾ ਭਰਨੇ ਕਾ ਵਹਾਂ ਪੇ ਵੋ ਸਾਥ ਗਏ ਹੈ। ਨਿਸ਼ਚਿਤ ਨਹੀਂ ਕਰ ਰਹੇ ਅੱਜ ਕੈਪਟਨ ਸਾਹਿਬ ਨੂੰ, ਇੱਥੇ ਮਿਸ ਨਹੀਂ ਕਰ ਰਹੇ ਤੁਸੀਂ? ਐਸਾ ਹੈ, ਕਾਮ ਬਾਂਟ ਕੇ ਕਰਨਾ ਪੜਤਾ ਹੈ। ਵੋ ਮੁਝੇ ਮਿਸ ਕਰ ਰਹੇ, ਮੈਂ ਉਨਕੋ ਮਿਸ ਕਰ ਰਹੀ ਹੂੰ। ਹਮਨੇ ਇਹ ਬਾਤ ਜੋ ਹੈ ਆਪਸ ਮੇਂ ਬਾਂਟ ਕੇ ਕੀਆ ਹੁਆ ਹੈ। ਹੁਸ਼ਿਆਰਪੁਰ ਲੁਧਿਆਣਾ ਯਹਾਂ ਮੈਂ ਗਈ ਔਰ ਬਾਕੀ ਜਗ੍ਹਾ ਪੇ ਕੈਪਟਨ ਸਾਹਿਬ ਗਏ। ਕੱਲ ਪਟਿਆਲਾ ਔਰ ਗੁਰਦਾਸਪੁਰ ਮੇਂ ਵੀ ਇਸੀ ਤਰ੍ਹਾਂ ਕਾ ਇਤਿਹਾਸਿਕ ਨਾਮਾਂਕਨ ਜੋ ਹੈ ਆਪਕੋ ਦੇਖਨੇ ਕੋ ਮਿਲੇਗਾ। ਸੈਂਟਰ ਦੇ ਵਿੱਚ ਕੀ ਲੱਗ ਰਿਹਾ ਤੁਹਾਨੂੰ, ਰਾਹੁਲ ਗਾਂਧੀ ਪੀਐਮ ਬਣਨਗੇ? ਰਾਹੁਲ ਗਾਂਧੀ ਪੀਐਮ ਬਣੇਗੇ ਜਾਂ ਨਹੀਂ ਇਹ ਉਨਕੀ ਚੋਇਸ ਹੈ, ਮਗਰ ਵਰਕਰ ਇਹ ਚਾਹਤਾ ਹੈ, ਹਿੰਦੁਸਤਾਨ ਕੀ ਜਨਤਾ ਇਹ ਚਾਹਤੀ ਹੈ ਕਿ ਰਾਹੁਲ ਗਾਂਧੀ ਪ੍ਰਾਈਮ ਮਿਨਿਸਟਰ ਬਣੇ। ਮੋਦੀ ਸਾਹਿਬ ਦੀ ਵੇਵ ਹੈ ਇਸ ਵਾਰ ਕੇ ਨਹੀਂ ਹੈ? ਉਲਟੀ ਵੇਵ ਹੈ, ਉਲਟੀ ਵੇਵ ਹੈ, ਬਾਹਰ ਜਾਣੇ ਕੀ ਵੇਵ ਹੈ। ਨਿਸ਼ਚਿਤ ਤੌਰ ਪੇ ਪੂਰੇ ਦੇਸ਼ ਨੇ ਜਾਣ ਲਿਆ ਹੈ ਕਿ ਚੌਕੀਦਾਰ ਚੋਰ ਹੈ। ਬਹੁਤ ਧੰਨਵਾਦ। ਆਸ਼ਾ ਕੁਮਾਰੀ ਕਹਿ ਰਹੇ ਨੇ ਕਿ ਚੌਕੀਦਾਰ ਚੋਰ ਹੈ, ਨਾਰਾ ਪੂਰੇ ਮੁਲਕ 'ਚ ਚੱਲਿਆ, ਪਰ ਪੰਜਾਬ ਦੀਆਂ 13 ਸੀਟਾਂ 'ਤੇ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲੁਧਿਆਣਾ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।